ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦਾ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਕਿਸਾਨਾਂ ਵੱਲੋਂ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਤਰਨ ਤਾਰਨ ਦੇ ਪਿੰਡ ਉਸਮਾ ਸਥਿਤ ਟੋਲ ਪਲਾਜ਼ਾ ਤੇ ਪਿਛਲੇ 27 ਦਿਨਾਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰਦਿਆਂ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਜਾ ਰਿਹਾ। ਇਸ ਮੌਕੇ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਨੌਜਵਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਕਿਸਾਨ ਅਤੇ ਲੋਕ ਮਾਰੂ ਦੱਸਿਆ। ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਬਿੱਲ ਰੱਦ ਕਰਵਾਉਣ ਲਈ ਅਗਰ ਲੰਬੀ ਲੜਾਈ ਵੀ ਲੜਨੀ ਪਈ ਤਾਂ ਉਹ ਲੜਨਗੇ ਅਤੇ ਮੋਦੀ ਨੂੰ ਕਿਸਾਨਾਂ ਦੇ ਅੰਦੋਲਨ ਅੱਗੇ ਗੋਡੇ ਟੇਕਣੇ ਪੈਣਗੇ। ਕਿਸ ਤਰ੍ਹਾਂ ਸੁਣੀ ਜਾਣੀ ਜਦੋਂ ਸਾਡੀ ਮੰਨਦਾ ਹੀ ਕੋਈ ਨਹੀਂ, ਗਾੜੀ ਤੇ ਸਭ ਕੁਝ ਕਰਨ ਡਿਆ ਔਰ ਮੰਨਣਾ ਪੈਣਾ ਇਹਨੂੰ, ਮੋਦੀ ਨੂੰ ਮੰਨਣਾ ਪੈਣਾ, ਅਸੀਂ ਉਹਦੇ ਧੌਣ 'ਤੇ ਗੋਡਾ ਦੇ ਕੇ ਰੱਖਿਆ ਅਤੇ ਇਹਨੂੰ ਮੰਨਣਾ ਪੈਣਾ, ਮੰਨੂਗਾ ਔਰ ਥੋੜ੍ਹਾ ਜਿਹਾ ਹੋਰ ਧੱਕਾ ਲਾਉਣ ਦੀ ਜ਼ਰੂਰਤ ਹੈ ਇਹਨੂੰ, ਪਰ ਜਿਹੜੀਆਂ ਚਾਲਾਂ ਚੱਲਦਾ ਕੋਝੀਆਂ ਇਹ ਤੋਂ ਇਹਨੂੰ ਬਾਜ ਆਉਣਾ ਚਾਹੀਦਾ। 5 ਤਰੀਕ ਨੂੰ ਚੱਕਾ ਜਾਮ ਕਰਾਂਗੇ ਸਾਰੇ ਪੰਜਾਬ ਦਾ, ਕੋਈ ਵੀ ਅਸੀਂ ਪੰਜਾਬ ਦਾ ਜੋ ਕਿਸਾਨ ਘਰ ਮਜ਼ਦੂਰ ਜੋ ਸਾਰੇ ਅਸੀਂ ਸੜਕਾਂ 'ਤੇ ਬਵਾਂਗੇ, ਕੋਈ ਚੀਜ਼ ਨਹੀਂ ਅਸੀਂ ਲੰਘਣ ਦੇਣੀ, ਨਾ ਕਾਰ ਨਾ ਮੋਟਰਸਾਈਕਲ ਕੋਈ ਵੀ, ਲੋੜ ਪਈ ਤਾਂ ਅਸੀਂ ਸਾਰਾ ਵੱਡੇ ਤੋਂ ਵੱਡਾ ਸੰਘਰਸ਼ ਕਰਾਂਗੇ, ਬਹੁਤ ਵੱਡਾ, ਅਤੇ ਦਿੱਲੀ ਪਹੁੰਚਣਾ ਪਊ ਤਾਂ ਮੋਦੀ ਨੂੰ ਝੁਕਣਾ ਪਊਗਾ, ਹੋਰ ਸਾਨੂੰ ਲੋੜ ਪਈ ਤਾਂ ਅਸੀਂ ਜਾਣਾ ਨਹੀਂ, ਭਾਵੇਂ ਸਾਨੂੰ 2 ਸਾਲ ਹੀ 'ਤੇ ਬਹਿਣਾ ਪਵੇ। ਜਿਹੜੀ ਆ ਸਰਕਾਰਾਂ ਸਾਡੇ 'ਤੇ ਜਿਹੜੇ ਕਾਲੇ ਕਾਨੂੰਨ ਲੈ ਕੇ ਆਈ ਆ, ਜਿਹੜੇ ਕਿ ਕਿਸਾਨ ਮਾਰੂ ਅਤੇ ਸਾਰੇ ਹੀ ਜਿੰਨੇ ਵੀ ਵਪਾਰੀ ਵਰਗ ਆ, ਮਜ਼ਦੂਰ ਆ, ਸਾਰਿਆਂ 'ਤੇ ਇਹ ਬਹੁਤ ਭਾਰਾ ਹੋਣਾ ਹੈ। ਹਾਲਾਂਕਿ ਕਿਸਾਨ ਆਪਦੀ ਕਰਕੇ ਤਾਂ ਆਪ ਖਾ ਵੀ ਸਕਦਾ, ਪਰ ਨਹੀਂ, ਅਸੀਂ ਸਾਰਿਆਂ ਦੇ ਨਾਲ ਆ, ਜੋ ਵੀ ਗਰੀਬ ਵਰਗ ਆ ਜਾਂ ਵਪਾਰੀ ਵਰਗ ਆ, ਅਸੀਂ ਕਿਸੇ ਨੂੰ ਘਾਟਾ ਨਹੀਂ ਹੋਣ ਦੇਵਾਂਗੇ। ਸਾਨੂੰ ਭਾਵੇਂ ਇੱਥੇ 10 ਸਾਲ ਵੀ ਬਹਿਣਾ ਪਵੇ, ਵੱਡੀ ਤੋਂ ਵੱਡੀ ਕੁਰਬਾਨੀ ਕਰਨੀ ਪਵੇ, ਅਸੀਂ ਕੁਰਬਾਨੀ ਦੇਵਾਂਗੇ। ਪਰ ਹਾਲਾਂਕਿ ਗੱਲ ਇਹ ਆ, ਜਿਹੜੇ ਅੱਜ ਇੱਕ ਹੋਰ ਹਾਈ ਕੋਰਟ ਨੇ ਕਿਹਾ ਵਾ ਕਿ ਜਿਹੜੀ ਪਰਾਲੀ ਸਾੜਨ 'ਤੇ ਕਿਸਾਨਾਂ ਨੂੰ 5 ਸਾਲ ਦੀ ਕੈਦ ਅਤੇ 5 ਕਰੋੜ ਰੁਪਈਆ ਜੁਰਮਾਨਾ ਵਾ, ਮੈਨੂੰ ਇਹ ਦੱਸੇ ਸਰਕਾਰ ਕਿ ਜਿਹੜੇ ਇੱਥੇ ਵੱਡੀਆਂ ਵੱਡੀਆਂ ਫੈਕਟਰੀਆਂ ਚੱਲ ਰਹੀਆਂ ਵਾ, ਜਿਹੜੇ ਇੰਨਾ ਯਾਨੀ ਕਿ ਧੂੰਆਂ ਹੋ ਰਿਹਾ, ਗੱਡੀਆਂ ਜਿਹੜੇ ਬੱਸਾਂ ਚੱਲ ਰਹੀਆਂ ਜਾਂ ਕੋਈ ਵੀ ਸੰਦ ਆ, ਅਤੇ ਕਿ ਉਹ ਕਿਹੜੀ ਆਕਸੀਜਨ ਛੱਡ ਰਹੀਆਂ, ਉਹ ਵੀ ਧੂੰਆਂ ਹੀ ਆ, ਫੈਕਟਰੀ ਵਾਲਿਆਂ ਨੂੰ ਕਿਉਂ ਨਹੀਂ ਜੁਰਮਾਨਾ ਲੱਗਦਾ, ਕਿ ਫੈਕਟਰੀ ਵਾਲੇ ਆਕਸੀਜਨ ਛੱਡਦੇ ਆ ਜਾਂ ਕੋਈ ਵਧੀਆ ਇਹ ਹਵਾ ਛੱਡ ਰਿਹਾ ਹੈ, ਤਾਂ ਇਹ ਤਾਂ ਕਿਸਾਨ ਦੀ ਜਿਹੜੀ ਪਰਾਲੀ ਆ ਉਹ ਤੋਂ ਵੀ ਜ਼ਿਆਦਾ ਯਾਨੀ ਜ਼ਹਿਰੀਲੀ ਆ। ਅਤੇ ਆਈ ਗੱਲ ਜਿਹੜੀ ਸਾਡੇ ਕੱਲ੍ਹ ਮੀਟਿੰਗਾਂ ਹੋਈਆਂ ਵਾ, ਜਿਹੜਾ ਸਾਡਾ 5 ਤਰੀਕ ਦਾ ਸਾਰਾ ਭਾਰਤ ਬੰਦ ਆ, ਉਹ 'ਚ ਅਸੀਂ ਫੁੱਲ ਜ਼ੋਰ ਸਾਥ ਦੇਵਾਂਗੇ ਕਿਸਾਨਾਂ ਦਾ, ਅਤੇ ਜੋ ਵੀ ਵਰਗ ਆ ਉਸ ਨੂੰ ਕਿਸੇ ਨੂੰ ਘਾਟਾ ਨਹੀਂ ਪੈਣ ਦੇਵਾਂਗੇ। ਅਤੇ ਦੂਜੀ ਗੱਲ, ਜੇ ਅਸੀਂ ਇੰਨੇ ਦਿਨਾਂ ਦੇ ਬੈਠੇ ਹਾਂ, ਪੰਜਾਬ ਸਰਕਾਰ ਕਦੇ ਕਹਿ ਦਿੰਦੀ ਆ ਜੀ 2 ਦਿਨਾਂ ਦਾ ਕੋਲਾ ਰਹਿ ਗਿਆ, ਕਦੇ 5 ਦਿਨਾਂ ਦਾ ਕੋਲਾ ਰਹਿ ਗਿਆ, ਅੱਜ ਮੇਰੇ ਸਾਹ ਨਾਲ 1 ਮਹੀਨਾ ਹੋ ਗਿਆ ਉਹਨੂੰ ਇਸੇ ਹੀ ਰੋਣੇ ਰੋਂਦੀ ਨੂੰ ਕਿ ਕੋਲਾ ਯਾਨੀ 2 ਦਿਨ ਦਾ ਰਹਿ ਗਿਆ ਵਾ। ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ, ਜੇ ਅਸੀਂ ਸਿਦਕ ਨਾਲ ਬੈਠੇ ਹਾਂ, ਅੱਜ ਕੇਂਦਰ ਸਰਕਾਰ ਨੇ ਵੀ ਕਿਹਾ ਸੀ ਪੰਜਾਬ 'ਚੋਂ ਜਿਹੜੀਆਂ ਵਾ ਰੇਲਾਂ ਬੰਦ ਕੇ ਕਰ ਦਿੱਤੀਆਂ ਗਈਆਂ ਵਾ, ਅੱਜ ਸਰਕਾਰ ਨੂੰ ਵੀ ਝੁਕਣਾ ਪਿਆ ਅਤੇ ਸਰਕਾਰ ਨੇ ਵੀ 97 ਰੇਲਾਂ ਜਿਹੜੀਆਂ ਬਹਾਲ ਕਰਤੀਆਂ, ਅਤੇ ਯਾਨੀ ਕਿ ਇੰਜ ਹੀ ਅਸੀਂ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਵੀ ਵਾਪਸ ਕਰਾਵਾਂਗੇ, ਸਰਕਾਰ ਨੂੰ ਝੁਕਣਾ ਪਵੇਗਾ, ਬਾਕੀ ਜਿਹੜੀ ਜਿੱਤ ਆ ਉਹ ਲੜਦੇ ਲੋਕਾਂ ਦੀ ਹੁੰਦੀ ਆ।